ਹਾਂਜੀ ਦੋਸਤੋ, ਸਵਾਗਤ ਹੈ ਪਿੰਡੂ ਤੜਕਾ ਟੀਵੀ ਚੈਨਲ ਤੇ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਲਚਰ ਦੇ ਦੋ ਬੱਚੇ, ਮੇਲ ਤੇ ਫੀਮੇਲ। ਜਿਹੜੀ ਵੀਡੀਓ ਦੇ ਵਿੱਚ ਤੁਸੀਂ ਫੀਮੇਲ ਦੇਖ ਰਹੇ ਹੋ, ਇਹਦੇ ਬੱਚੇ ਆ ਜੀ। ਮਹੀਨਾ ਹੋ ਗਿਆ ਇਹਨੂੰ ਸੂਈ ਨੂੰ। ਜਿਹੜੀ ਬਲੈਕ ਤੁਸੀਂ ਦੇਖ ਰਹੇ ਹੋ ਇਹ ਫੀਮੇਲ ਹੈ, ਤੇ ਜਿਹੜਾ ਗੋਲਡਨ ਹੈ ਇਹ ਮੇਲ ਹੈ ਜੀ। ਬੱਚੇ ਬਹੁਤ ਚੰਗੇ ਆ, 1 ਮਹੀਨੇ ਦੇ ਬੱਚੇ ਹੋ ਗਏ ਆ। ਨੰਬਰ ਆਪਾਂ ਬੋਲਾਂਗੇ ਬਾਈ ਦਾ, ਨਾਂ ਸੁਣ ਲਓ ਬਾਈ ਦਾ ਦਵਿੰਦਰ ਹੈ, ਤੇ ਨੰਬਰ ਹੈਗਾ 9852577086, 9852577086। ਸਕਰੀਨ ਦੇ ਉੱਪਰ ਵੀ ਚੱਲ ਰਿਹਾ, ਉੱਪਰਲੇ ਪਾਸੇ ਨੰਬਰ ਹੈਗਾ ਸਕਰੀਨ ਤੇ, ਉੱਥੋਂ ਵੀ ਤੁਸੀਂ ਨੋਟ ਕਰ ਸਕਦੇ ਹੋ। ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਬਾਈ 12,000 ਰੁਪਇਆ ਮੁੱਲ ਕਰਦਾ ਦੋਨਾਂ ਦਾ, ਤੇ ਕਹਿੰਦਾ ਕੋਈ ਗੱਲ ਨਹੀਂ ਫੋਨ ਲਾ ਲਿਓ ਤੇ ਆਪਾਂ ਰਾਇਤ ਵੀ ਫੁੱਲ ਕਰਾਂਗੇ। ਉਹੋ ਜਿਹੀ ਗੱਲ ਨਹੀਂ ਵੀ ਜੇ ਬਾਈ ਨੇ 12 ਕਿਹਾ 100-200 ਹੀ ਘਟੂਗਾ। ਬਾਈ ਕਹਿੰਦਾ ਆਪਾਂ ਵੱਧ ਘੱਟ ਜਾਏ ਕੋਈ ਚੱਕਰ ਨਹੀਂ, 12,000 ਕਿਹੜਾ ਮੰਗ ਕਰੀ ਹੈ ਬਾਈ ਨੇ। ਤੇ ਸੰਪਰਕ ਬਾਈ ਨੂੰ ਕਰ ਸਕਦੇ ਹੋ, ਜਿੱਦਾਂ ਦੋਨੋਂ ਇਕੱਠੇ ਲੈਣੇ ਆ ਤਾਂ ਵੀ ਠੀਕ ਹੈ, ਜੇ ਕਿਸੇ ਨੇ ਸਿੰਗਲ ਸਿੰਗਲ ਲੈਣਾ ਤਾਂ ਵੀ ਕੋਈ ਚੱਕਰ ਨਹੀਂ ਗਾ। ਬਾਈ ਨੇ ਬਹੁਤ ਹੀ ਸ਼ੌਂਕ ਦੇ ਨਾਲ ਘਰੇ ਰੱਖੀ ਹੋਈ ਹੈ ਇਹ, ਕੋਈ ਬਰੀਡਿੰਗ ਨਹੀਂ ਬਾਈ ਕਰਦਾ, ਵੈਸੇ ਘਰੇ ਸਵਾਈ ਹੈ ਬਾਈ ਨੇ। 4 ਬੱਚੇ ਦਿੱਤੇ ਸੀਗੇ, 2 ਬਾਈ ਕਹਿੰਦਾ ਰਿਸ਼ਤੇਦਾਰ ਲੈ ਗਏ, 2 ਰਹਿ ਗਏ ਸੀਗੇ। ਆਹ ਜਿਹੜਾ ਹੁਣ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਮੇਲ ਹੈ ਜੀ, ਬਹੁਤ ਸੋਹਣਾ ਮੇਲ ਆ ਦੇਖ ਸਕਦੇ ਹੋ। ਤੇ ਪਿੰਡ ਹੈਗਾ ਜੀ ਬੁਰਜ ਲੱਦਾ ਸਿੰਘ ਵਾਲਾ, ਜਿੱਥੇ ਇਹ ਬੱਚੇ ਪਏ ਆ ਬੁਰਜ ਲੱਦਾ ਸਿੰਘ ਵਾਲੇ ਪਿੰਡ ਪਏ ਆ, ਮੇਰੇ ਆਪਦੇ ਪਿੰਡ ਹੀ ਪਏ ਆ। ਨੇੜੇ ਦੇ ਪਿੰਡ ਤੁਹਾਨੂੰ ਦੱਸ ਦਈਏ, ਕੇਸਰ ਵਾਲਾ, ਥਰਾਜ, ਭਗਤਾ, ਸੁਖਾਨੰਦ, ਇਹ ਨੇੜੇ ਦੇ ਪਿੰਡ ਹੈਗੇ, ਤੇ ਜ਼ਿਲ੍ਹਾ ਹੈਗਾ ਬਠਿੰਡਾ। ਬਾਈ ਨਾਲ ਸੰਪਰਕ ਕਰ ਲਿਓ ਜੇ ਤੁਸੀਂ ਕਤੂਰੇ ਲੈਣੇ ਆ, ਕਤੂਰੇ ਚੰਗੇ ਹੈਗੇ। ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੁੰਦੀ ਹੈ ਤਾਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਅੱਗੇ ਆਪਾਂ ਤੁਹਾਨੂੰ ਫੀਮੇਲ ਦਿਖਾਉਂਦੇ ਆ, ਆਹ ਜਿਹੜੀ ਬਲੈਕ ਕਲਰ 'ਚ ਹੈ ਇਹ ਫੀਮੇਲ ਹੈ, ਫੀਮੇਲ ਵੀ ਬਹੁਤ ਚੰਗੀ ਹੈ। ਤੇ ਇੱਕ ਗੱਲ ਹੋਰ ਹੈ, ਬੱਚਿਆਂ 'ਤੇ ਨਾ ਲੂਈ ਵੀ ਬਹੁਤ ਵਧੀਆ, ਲੂਈ ਬਹੁਤ ਚੰਗੀ ਹੈ। ਨਹੀਂ ਆਮ ਬੱਚੇ ਹੁੰਦੇ ਆਪਾਂ ਵੇਖਦੇ ਹਾਂ ਨਾ ਲੂਈ ਘੱਟ ਹੁੰਦੀ ਹੈ, ਤੇ ਲੂਈ ਵੀ ਬਹੁਤ ਵਧੀਆ ਬੱਚਿਆਂ 'ਤੇ, ਬਹੁਤ ਸੋਹਣੇ ਸਾਂਭੇ ਹੋਏ ਬੱਚੇ ਬਾਈਆਂ ਨੇ। ਤੇ ਮੇਰਾ ਨੰਬਰ ਮੈਂ ਤੁਹਾਨੂੰ ਬੋਲ ਦੇਣਾ ਜੇ ਤੁਸੀਂ ਵੀਡੀਓ ਬਣਾਉਣ ਲਈ ਸੰਪਰਕ ਕਰਨਾ, 9887828258। ਸਕਰੀਨ ਦੇ ਥੱਲੇ ਵੀ ਨੰਬਰ ਚੱਲ ਰਿਹਾ ਹੈ, ਇੱਥੋਂ ਵੀ ਚੱਕ ਸਕਦੇ ਹੋ। ਜੇ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਐਡ ਕਰਵਾਉਣੀ ਹੈ ਤੁਸੀਂ ਸੇਲ ਲਈ, ਜਾਂ ਕੋਈ ਡੌਗ ਕੈਨਲ ਦੀ ਐਡ ਕਰਵਾਉਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਧੰਨਵਾਦ ਜੀ।